ਜੱਦੀ ਜ਼ਮੀਨ ਤੁਹਾਡੇ ਕੋਲ ਕਿੰਨੀ ਆਈ ਤੁਹਾਡੇ ਦਾਦਾ ਜੀ ਦੇ ਵੱਲੋਂ? ਸਾਡੇ ਕੋਲ ਇੱਥੇ ਤਕਰੀਬਨ ਪਹਿਲਾਂ ਤਾਂ ਸੀਗਾ ਪਿੰਡ ਦਾ ਚੌਥਾ ਹਿੱਸਾ, 700 ਕਿੱਲਾ ਜ਼ਮੀਨ ਦੇ ਵਿੱਚੋਂ ਚੌਥਾ ਹਿੱਸਾ ਜ਼ਮੀਨ ਸੀਗੀ ਜੀ। ਤੇ ਪਹਿਲਾਂ ਜਦੋਂ ਮੇਰੇ ਦਾਦੇ ਦਾ ਮਰਡਰ ਹੋ ਗਿਆ ਸੀਗਾ, ਜ਼ਮੀਨ ਪਿੱਛੇ ਹੋਇਆ, ਉਹ ਵੀ ਕੋਈ ਹਿੱਸਾ ਭਾੜਦੇ ਸੀਗੇ। ਉਸ ਮਸਲੇ ਕੇਸ ਲੜਿਆ ਮੇਰੀ ਦਾਦੀ ਨੇ। ਠੀਕ ਹੈ। ਕੋਈ ਘਰ ਦੇ ਵਿੱਚ ਫਾਦਰ 4 ਸਾਲ ਦੇ ਸੀਗੇ, ਉਸ ਬੰਦੇ ਨੂੰ ਫਾਂਸੀ ਹੋਈ ਉਸ ਕੇਸ ਦੇ ਵਿੱਚ, ਤੇ ਉਹਦੇ ਤੇ ਕਾਫੀ ਜ਼ਮੀਨ ਉਦੋਂ ਵਿਕੇ ਲੱਗੀ ਕੇਸਾਂ ਦੇ ਉੱਪਰ ਜੀ। ਉਸ ਤੋਂ ਬਾਅਦ ਮੇਰੇ ਫਾਦਰ 10 ਸਾਲ ਦੇ ਜਦੋਂ ਹੋਏ, ਉਡਾਰ ਹੋਏ, ਉਹਨਾਂ ਨੇ ਫਿਰ ਜ਼ਮੀਨ ਨੂੰ ਵਾਦ ਕੀਤਾ। ਤਕਰੀਬਨ ਇੱਥੇ 100 ਏਕੜ ਜ਼ਮੀਨ ਸੀਗੀ ਜੀ, 40 ਖੁਰ ਦੇ ਵਿੱਚ ਸਾਡੇ ਕੋਲ। ਉਸ ਤੋਂ ਬਾਅਦ ਵੀ ਕੁਛ ਜ਼ਮੀਨ ਵੇਚੀ ਹੋਣੀ ਆ। ਬਾਅਦ ਦੇ ਵਿੱਚ ਜਦੋਂ ਮੇਰੇ ਫਾਦਰ ਨੇ ਇੱਥੇ ਖੇਤੀ ਕਰਨੀ ਸ਼ੁਰੂ ਕੀਤੀ, ਫਿਰ ਜ਼ਮੀਨਾਂ ਵਾਦ ਕੀਤੀਆਂ, ਮੂੰਗਫਲੀ ਹੋਣ ਲੱਗੀ। ਫਿਰ ਕਿਤੇ ਪੁਰਾਣੇ ਸਮੇਂ ਦੇ ਵਿੱਚ ਹੀ ਜੀ ਮੇਰੇ ਫਾਦਰ ਦੱਸਦੇ ਆ ਵੀ ਮੂੰਗਫਲੀ ਕਾਫੀ ਹੋਈ, ਤੇ ਉਦੋਂ ਸਾਨੂੰ ਪਤਾ ਨਹੀਂ ਸੀ ਲੱਗਦਾ ਵੀ ਇਹ ਪੈਸੇ ਨੂੰ ਕਿਤੇ ਸੰਭਾਲੀਏ ਜੀ। ਉਦੋਂ 1-1.5 ਲੱਖ ਦੀ ਬੜੀ ਕੀਮਤ ਹੋ ਜਾਂਦੀ ਸੀ। ਸਾਡੇ ਕੀ ਹੁੰਦਾ ਸੀ, ਜਿਹੜੀ ਮੂੰਗਫਲੀ ਹੁੰਦੀ ਸੀ ਉਹ ਆਪਾਂ ਮੀਂਹ 'ਤੇ ਡਿਪੈਂਡ ਕਰਦੇ ਸੀ ਵੀ ਜਦੋਂ ਮੀਂਹ ਪੈਣਾ ਤਾਂ ਮੂੰਗਫਲੀ ਬੀਜੀ ਜਾਣੀ ਆ। ਫਲਦਾਨਾ ਬੀਜਦੇ ਹੁੰਦੇ ਸੀ, 2-4-5 ਕਿੱਲੇ ਬੀਜ ਹੁੰਦੇ, ਜਨਮ ਉਹ ਖੇਤ ਸੁੱਕ ਜਾਂਦਾ ਸੀਗਾ ਜੀ। ਇਸ ਲਈ ਜਿਹਦੇ ਕੋਲ ਜ਼ਿਆਦਾ ਜ਼ਮੀਨ ਵੀ ਸੀ ਲੇਕਿਨ ਉਹ ਖੇਤੀ ਉਹਦੀ 5-10-20 ਕਿੱਲੇ ਸੰਭਾਲ ਨਹੀਂ ਪਾਉਂਦਾ ਸੀ, ਹਾਂ ਉਹਨੂੰ ਸੰਭਾਲ ਨਹੀਂ ਹੁੰਦੀ ਸੀ। ਸੋ ਮੇਰੇ ਫਾਦਰ ਦੇ ਇੱਕ ਦੋਸਤ ਸੀਗੇ, ਉਹਨਾਂ ਨੇ ਰਾਏ ਦਿੱਤੀ ਨਾਲ ਵੀ ਇਸ ਵਾਰ ਨਾ ਆਪਾਂ ਟਰੈਕਟਰਾਂ ਦੇ ਪਿੱਛੇ ਪੋਰ ਬੰਨ ਕੇ ਬੰਦੇ ਬਿਠਾ ਦੇਣੇ ਆ, ਜ਼ਮੀਨ ਤਿਆਰ ਕਰ ਲਓ ਵੀ ਜਦੋਂ ਵੀ ਮੀਂਹ ਪਿਆ ਆਪਾਂ ਨਾਲ ਦੀ ਨਾਲ ਹੀ ਬਿਜਾਈ ਕਰ ਦੇਣੀ ਆ। ਅਤੇ ਉਹਨਾਂ ਨੇ ਇੱਕਦਮ ਜਦੋਂ ਮੀਂਹ ਪਿਆ ਟਰੈਕਟਰਾਂ ਦੇ ਪਿੱਛੇ ਨਾਲ ਬਲਦਾਂ ਦੀ ਜੋੜੀਆਂ ਲੈ ਕੇ ਸਾਰੀ ਮੂੰਗਫਲੀ ਬੀਜ ਦਿੱਤੀ ਜ਼ਮੀਨ 'ਚ। ਇਹ ਗੱਲ ਹੋਊਗੀ 74-5 ਦੀ। ਉਹ ਕਹਿੰਦੇ ਮੂੰਗਫਲੀ ਦਾ ਬੀਜ ਤੀ। ਉਸ ਤੋਂ ਬਾਅਦ ਮੂੰਗਫਲੀ ਇੰਨੀ ਜ਼ਿਆਦਾ ਹੋਈ ਤਾਂ ਗੁਡਾਈ ਕਰਨ ਬੰਦੇ ਨਾ ਮਿਲਣ, ਸਾਰੇ ਪਿੰਡ ਦੀ ਲੇਬਰ ਲੱਗ ਗਈ, ਹੋਰ ਪਿੰਡਾਂ 'ਚੋਂ ਲੈ ਕੇ ਆਉਂਦੀ ਲੇਬਰ, ਇੱਕ ਪੰਡੋਰੀ ਪਿੰਡ ਆ ਬਰਨਾਲੇ ਕੋਲ, ਉਹ ਸਾਰਾ ਪਿੰਡ ਸਾਡੇ ਕੋਲ ਇੱਥੇ ਕੰਮ ਕਰਦੇ ਸੀਗੇ। ਕਹਿੰਦੇ ਉਸ ਤੋਂ ਬਾਅਦ ਫਸਲ ਬੜੀ ਵਧੀਆ ਹੋਈ, ਫਿਰ ਉਹਨੂੰ ਝਾੜਨ ਲੇਬਰ ਚਾਹੀਦੀ ਸੀ, ਰਾਜਸਥਾਨ ਤੋਂ ਲੇਬਰ ਲੈ ਕੇ ਆਉਂਦੀ। ਅੱਛਾ। ਫਿਰ ਉਹ ਗੂਣਾ ਹੁੰਦਾ ਸੀ, ਭੋ ਹੁੰਦਾ ਸੀ, ਰਿਸ਼ਤੇਦਾਰਾਂ ਨੂੰ ਛੱਡ ਕੇ ਆਉਂਦਾ, ਮੂੰਗਫਲੀ ਬੜੀ ਹੋਈ। ਮੇਰੇ ਫਾਦਰ ਕਹਿੰਦੇ ਹੁਣ ਲੱਗੇ ਵੀ ਕਰੀਏ ਕੀ। ਅੱਛਾ। ਟਰੈਕਟਰ ਲਿਆ ਨਵਾਂ, ਇੱਕ ਹੋਰ ਮੇਸੀ, 12-13 ਹਜ਼ਾਰ ਦਾ ਕਹਿੰਦੇ ਟਰੈਕਟਰ ਆਇਆ, ਫੀਟ ਕਾਰ ਲਈ ਉਹ ਵੀ 12 ਹਜ਼ਾਰ ਦੀ ਆਈ, ਬੁਲਟ ਮੋਟਰਸਾਈਕਲ ਲਿਆ 3 ਹਜ਼ਾਰ ਦਾ ਆਇਆ। ਕਹਿੰਦੇ ਫਿਰ ਇਹ ਘਰ ਸ਼ੁਰੂ ਕੀਤਾ, ਉਦੋਂ ਹੀ ਆ ਕੋਠੀ ਜਿਹੜੀ ਬਣੀ ਆ 75 ਸ਼ੁਰੂ ਕੀਤਾ, ਫਿਰ ਇੱਧਰ ਪਾਸੇ ਘਰ ਪੁਰਾਣਾ ਬਣਿਆ ਹੋਇਆ ਸੀਗਾ। ਠੀਕ ਹੈ। ਯਾਨੀ ਕਿ ਉਦੋਂ ਪੈਸੇ ਦੀ ਵੈਲਿਊ ਬਹੁਤ ਜ਼ਿਆਦਾ ਸੀ। ਤੁਸੀਂ ਕਿੰਨੇ ਭਾਈ? 3 ਬ੍ਰਦਰ ਹੈ, 3 ਭੈਣਾਂ ਨੇ। ਠੀਕ ਹੈ। 3 ਸਿਸਟਰ ਨੇ। ਉਸ ਤੋਂ ਬਾਅਦ ਇਹ ਜਿਹੜੀ ਜ਼ਮੀਨ ਆਬਾਦ ਹੋਈ ਸਾਰੀ, ਬੜੀ ਵਧੀਆ ਖੇਤੀ ਹੋ ਰਹੀ ਸੀ। ਉਸ ਤੋਂ ਬਾਅਦ ਲੁਧਿਆਣਾ ਸ਼ਹਿਰ ਇੱਧਰ ਨੂੰ ਵੱਧ ਗਿਆ, ਲੁਧਿਆਣਾ ਸ਼ਹਿਰ ਵਧਣ ਤੋਂ ਬਾਅਦ ਫਿਰ ਇਹ ਜ਼ਮੀਨਾਂ ਸ਼ਹਿਰ ਦੇ ਵਿੱਚ ਆ ਗਈ। ਫਿਰ ਅਸੀਂ ਇੱਥੇ ਇਹ ਜ਼ਮੀਨਾਂ ਨੂੰ ਵੇਚ ਕੇ ਅੱਗੇ ਜ਼ਮੀਨਾਂ ਖਰੀਦਣੀਆਂ ਸ਼ੁਰੂ ਕੀਤੀਆਂ, ਕਿਉਂਕਿ ਨਾ ਪਹਿਲਾਂ ਡਰ ਸੀਗਾ। ਬੇਅੰਤ ਸਿੰਘ ਨੇ ਇੱਕ ਜ਼ਮੀਨ ਅਕੁਆਇਰ ਕੀਤੀ, ਸਰਪਲਸ ਦਾ ਵੀ ਬੜਾ, ਸਰਪਲਸ ਤਾਂ ਰਹੀ ਆ। ਕਿਉਂ ਸਰਪਲਸ ਅਸੀਂ ਕਿਉਂ ਬਚੇ? ਕਿਉਂਕਿ ਸਾਡੀ ਜ਼ਮੀਨ ਦੀ ਵੈਲਿਊ ਪਈ 10 ਪੈਸੇ। ਇਸ ਜ਼ਮੀਨ ਦੀ ਨਾ ਵੈਲਿਊ ਕੀ ਹੋਇਆ, ਇਹਨਾਂ ਨੇ ਵੈਲਿਊਏਸ਼ਨ ਕੀਤੀ, ਕਿਸੇ ਜ਼ਮੀਨਾਂ ਦੀ ਵੈਲਿਊ ਰੁਪਈਆ ਪੈ ਗਈ, ਲਓ ਮਤਲਬ ਕਿਸੇ ਜ਼ਮੀਨਾਂ ਦੀ ਵੈਲਿਊ ਪੈ ਗਈ ਰੁਪਈਆ, ਕਿਸੇ ਦੀ ਪਈ 10 ਪੈਸੇ। ਉਸ ਤੋਂ ਬਾਅਦ ਇਸੇ ਕਰਕੇ ਜਿਹੜੀ ਇਹ ਜ਼ਮੀਨ ਸੀਗੀ, ਅਸੀਂ ਸਾਡੀ ਸਰਪਲਸ 'ਚ ਨਿਕਲੀ ਨਹੀਂ, ਜਿਹਦਾ ਇਹਦਾ ਰੁਪਈਆ ਮੁੱਲ ਪੈਂਦਾ ਸਰਪਲਸ 'ਚ ਚਲੇ ਜਾਣੀ ਸੀ ਜ਼ਮੀਨ ਸਾਰੀ। ਸੋ ਉਸ ਤੋਂ ਬਾਅਦ ਜਦੋਂ ਲੁਧਿਆਣਾ ਸ਼ਹਿਰ ਵਧਿਆ ਜੀ, ਇੱਕ ਚੰਡੀਗੜ੍ਹ ਰੋਡ 'ਤੇ ਜ਼ਮੀਨ ਅਕੁਆਇਰ ਕੀਤੀ ਗਈ 92-3 ਦੇ ਵਿੱਚ, ਬੇਅੰਤ ਸਿੰਘ ਗੌਰਮੈਂਟ ਸੀਗੀ, ਉਹਦੇ ਵਿੱਚ ਬਹੁਤ ਘੱਟ ਪੈਸਾ ਦਿੱਤਾ ਗਿਆ, 30 ਲੱਖ ਵਾਲੇ ਨੂੰ 2-2.5 ਲੱਖ ਰੁਪਏ ਦਿੱਤਾ ਗਿਆ ਜਿਹਦਾ ਰੇਟ ਸੀਗਾ। ਤੋ ਮੇਰੇ ਫਾਦਰ ਥੋੜ੍ਹੀ ਟੈਨਸ਼ਨ 'ਚ ਆ ਗਏ, ਕਹਿੰਦੇ ਵੀ ਜੇ ਇਹ ਜ਼ਮੀਨ ਆਪਾਂ ਹੁਣ ਇੱਥੋਂ ਥੋੜ੍ਹੀ ਮੋਟੀ ਵੇਚ ਕੇ ਅੱਗੇ ਨਾ ਲਈ ਤਾਂ ਫਿਰ ਕੱਲ੍ਹ ਨੂੰ ਵਾਇਰ ਹੋਈ ਤਾਂ ਆਪਾਂ ਨੂੰ ਮਿਲਣਾ ਕੁਛ ਨਹੀਂ ਸਰਕਾਰ ਨੇ। ਉਦੋਂ ਇੱਦਾਂ ਦਾ ਸੀਗਾ, ਡਰ ਵੀ ਸੀਗਾ। ਫਿਰ ਅਸੀਂ ਇੱਥੋਂ ਜ਼ਮੀਨ ਵੇਚ ਕੇ ਅੱਗੇ ਜ਼ਮੀਨ ਲੈਣੀ ਸ਼ੁਰੂ ਕੀਤੀਆਂ, 94-5 ਦੇ ਵਿੱਚ ਇਹ ਸਟਾਰਟ ਹੋਇਆ। ਕਿਉਂਕਿ ਉਸ ਤੋਂ ਬਾਅਦ ਜਦੋਂ ਮਾਹੌਲ ਥੋੜ੍ਹਾ ਸ਼ਾਂਤ ਹੋਇਆ, ਫਿਰ ਤੇਜ਼ੀ ਆਈ, ਸਾਡਾ ਪਿੰਡ ਬਿਲਕੁਲ ਨੇੜੇ ਸੀਗਾ, ਫਿਰ ਇੱਥੋਂ ਵੇਚ ਵੇਚ ਕੇ ਅੱਗੇ ਜ਼ਮੀਨਾਂ ਲੈਣੀ ਸ਼ੁਰੂ ਕੀਤੀਆਂ, ਫਾਰਮ ਲਾਉਣੇ ਸ਼ੁਰੂ ਕੀਤੇ। ਮੇਰਾ ਗੁਰਸੀਆਂ ਕਦਰ ਫਾਰਮ ਆ ਮੇਨ, ਰਾਜਪੁਰੇ ਜ਼ਮੀਨ ਖਰੀਦੀ ਗਈ, ਸਮਰਾਲੇ ਜ਼ਮੀਨ ਖਰੀਦੀ ਗਈ 94-5 ਦੇ ਵਿੱਚ। ਉਸ ਤੋਂ ਬਾਅਦ ਇੱਥੋਂ ਹੋਰ ਜ਼ਮੀਨਾਂ ਵੇਚ ਕੇ ਫਿਰ UP ਦੇ ਵਿੱਚ ਵੀ ਫਾਰਮ ਆ ਮਿਲੇ, ਅਤੇ ਉਸ ਤੋਂ ਬਾਅਦ ਫਿਰ ਇੱਥੇ ਇੱਕ ਨੇੜੇ ਪਿੰਡ ਬੀਰਮੀ ਪਿੰਡ ਦੇ ਵਿੱਚ ਅਸੀਂ ਜ਼ਮੀਨ ਖਰੀਦੀ, ਉਹ ਸ਼ਹਿਰ ਦੇ ਬਿਲਕੁਲ ਨਾਲ ਹੀ ਸੀਗੀ, ਇੱਥੋਂ 1 ਕਿਲੋਮੀਟਰ 'ਤੇ ਜੀ। ਉਹ ਫਿਰ ਦੁਬਾਰਾ ਜ਼ਮੀਨ ਸ਼ਹਿਰ ਦੇ ਵਿੱਚ ਆ ਗਈ, ਉਹਦੀ ਅੱਜ 41 ਨਾਲੋਂ ਵੀ ਜ਼ਿਆਦਾ ਵੈਲਿਊ ਆ। ਫਿਰ ਹੁਣ ਕੁੱਲ ਮਿਲਾ ਕੇ ਕਿੰਨੀ ਹੈ ਜੀ ਸਾਡੇ ਕੋਲ? ਤਕਰੀਬਨ ਜਿਹੜੀ ਇੱਥੇ ਅਰਬਨ ਹੈਗੀ ਆ, ਇਹ ਹੋਣਗੇ ਤਕਰੀਬਨ 90-95 ਏਕੜ ਫਿਰ ਜੀ।
ਤੇ ਤਕਰੀਬਨ 250 ਏਕੜ ਜਗ੍ਹਾ ਕੇ ਹੋਊਗੀ ਸਭ ਤੋਂ 250 ਯੂਪੀ ਵਾਲੀ ਯੂਪੀ ਪਾ ਕੇ ਅੱਗੇ ਫਾਰਮ ਇੱਥੇ ਵੀ ਹੈਗਾ ਅੱਗੇ ਇੱਥੇ ਆਲਮਗੀਰ ਵੀ ਖੇਤੀਬਾੜੀ ਕਰਦੇ ਹੋ ਜ਼ਿਆਦਾ ਕਣਕ ਝੋਨਾ ਜਾਂ ਕੋਈ ਗੰਨਾ ਉੱਥੇ ਗੰਨਾ ਹੁੰਦਾ ਜ਼ਿਆਦਾ ਇੱਥੇ ਕਣਕ ਝੋਨਾ ਕਰਦੇ ਆ ਆਲੂ ਦੀ ਖੇਤੀ ਵੀ ਕਰਦੇ ਆ ਨਾਲ ਬਹੁਤ ਵਧੀਆ ਫਾਰਮਸੀ ਡਿਵੈਲਪ ਕੀਤੇ ਓਕੇ